ਪ੍ਰਬੰਧਕਾਂ ਦੀ ਗੋਲਕ ਭਰ ਰਹੀ, ਉਹ ਵੀ ਸੰਗਤ ਦੇ ਜ਼ਰੀਏ ਭਰ ਰਹੀ ਨਾ। ਬਿਲਕੁਲ ਬਿਲਕੁਲ, ਪ੍ਰਚਾਰਕਾਂ ਦੇ ਆਪਣੇ ਫਰਜ਼ ਨੇ ਵੀ, ਤੁਸੀਂ ਸੰਗਤ ਨੂੰ ਕੀ ਦੇ ਰਹੇ ਹੋ। ਪ੍ਰਚਾਰਕ ਰੱਖਿਆ ਜਾਂਦਾ ਹੈ, ਕੋਈ 10,000 ਰੁਪਇਆ ਜਾਂ 8,000 ਰੁਪਇਆ ਉਹਨੂੰ ਤਨਖਾਹ ਦਿੱਤੀ ਜਾਂਦੀ ਹੈ, ਫਿਰ ਪ੍ਰਚਾਰ ਜਿਹੜਾ ਹੈ ਉਹ ਵੀ ਦਰਸ਼ਕੋ ਉਹ ਕਮੇਟੀ ਆਪਣੇ ਤਰੀਕੇ ਦਾ ਕਰਾਉਂਦੀ ਹੈ, ਅਤੇ ਪ੍ਰਚਾਰਕ ਵਿਚਾਰਿਆਂ ਨੂੰ ਬੋਲਣ ਦੇ ਵਿੱਚ ਵੀ ਝਿਜਕ ਆਉਂਦੀ ਹੈ। 100 ਦੇ ਵਿੱਚੋਂ ਗੱਲ ਕਰੀਏ, 95% ਪ੍ਰਬੰਧਕ ਇਹੋ ਜਿਹੇ ਨੇ ਵੀ ਉਹ ਮਤਲਬ ਆਪਣੇ ਤਰੀਕੇ ਦੇ ਨਾਲ ਹੀ ਬੁਲਾਉਂਦੇ ਨੇ ਪ੍ਰਚਾਰਕਾਂ ਨੂੰ, ਵੀ ਜਿਵੇਂ ਅਸੀਂ ਚਾਹੁੰਦੇ ਉਵੇਂ ਬੋਲੋ, ਉਵੇਂ ਬੋਲੋ, ਗੁਰਬਾਣੀ ਜਿਵੇਂ ਕਹਿੰਦੀ ਉਵੇਂ ਨਾ ਬੋਲੋ। ਉਹਨਾਂ ਨੇ ਗੋਲਕ ਗਿਣਨ ਵਾਸਤੇ, ਗੋਲਕ ਨੂੰ ਵਧਾਉਣ ਵਾਸਤੇ ਇਹੀ ਫਰਜ਼ ਅਪਣਾਇਆ, ਸਮਾਜ ਅਤੇ ਸਿੱਖ ਧਰਮ ਦੇ ਬੱਚਿਆਂ ਨੂੰ ਗਾਂ ਵਧਣ ਫੁੱਲਣ ਵਾਸਤੇ ਉਹਨਾਂ ਨੇ ਆਪਣੇ ਫਰਜ਼ ਨੂੰ ਸੱਚੀ ਭੁਲਾਇਆ ਹੀ ਹੈ। ਪਿੰਡਾਂ 'ਚ ਵੀ 2-3 ਗੁਰਦੁਆਰੇ ਨੇ, ਹਰੇਕ ਮੁਹੱਲੇ 'ਚ ਗੁਰਦੁਆਰੇ ਨੇ, ਉਹਨਾਂ ਦਾ ਜਨਮ ਪ੍ਰਧਾਨਗੀ 'ਚ ਹੋਇਆ ਜੇ, ਪ੍ਰਧਾਨਗੀ ਨਹੀਂ ਛੱਡਣੀ, ਗੁਰਦੁਆਰਾ ਨਵਾਂ ਬਣਾ, ਗੁਰਦੁਆਰਾ ਨਵਾਂ ਬਣਾ ਦੇਵਾਂਗੇ, ਬਿਲਕੁਲ ਬਿਲਕੁਲ, ਉਹਦੇ ਨਾਲ ਵਧੀਆ ਲੰਗਰ ਲਾਵਾਂਗੇ, ਉਹਦੇ ਨਾਲ ਸੰਗਤ ਨੂੰ ਦੇਖੋ ਲੰਗਰਾਂ 'ਚ ਉਜਾ ਕੇ ਰੱਖਦੇ ਨੇ। ਜਿਸ ਤਰ੍ਹਾਂ ਆਪਣੇ ਕੋਲ SGPC ਹੈ, ਕਿੱਡੀ ਵੱਡੀ ਸ੍ਰੇਸ਼ਟ ਜਥੇਬੰਦੀ ਹੈ ਔਰ ਪ੍ਰਬੰਧਕ ਕਮੇਟੀ ਹੈ, ਜਿਨ੍ਹਾਂ ਦਾ 12 ਅਰਬ ਤੋਂ ਐਦਕੀ ਵੀ ਪਲੱਸ ਜਿਹੜਾ ਬਜਟ ਹੈ ਉੱਥੋਂ ਦਾ ਹੋਇਆ, ਕਿ ਉਹ ਸਿੱਖ ਬੱਚਿਆਂ ਨੂੰ ਪਾਲ ਨਹੀਂ ਸਕਦੇ ਜਾਂ ਕੋਈ ਨਾ ਕੋਈ ਸਿਸਟਮ ਲਾ ਕੇ ਉਹਨਾਂ ਨੂੰ ਰੁਜ਼ਗਾਰ ਦੇਣ? ਬੱਚਿਆਂ ਨੂੰ ਤਾਂ ਪਾਲਣ ਜੀ, ਉਹਨਾਂ ਦਾ ਢਿੱਡ ਪਲੇ, ਖਰਚ 1,00,000 ਰੁਪਇਆ ਲੱਗਦਾ, ਸ਼ੋਅ 10 ਲੱਖ ਕੀਤਾ ਜਾਂਦਾ, ਗੱਡੀ 10 ਲੱਖ ਦਾ ਤੇਲ ਖਾਂਦੀ ਹੈ, 1,00,000 ਰੁਪਇਆ ਭਰਿਆ ਜਾਂਦਾ ਵਾਊਚਰ, ਇਹ ਕੀ ਹੈ? ਇਹ ਲੁੱਟੇ ਜੀ, ਇਹ ਲੁੱਟੇ ਲੁੱਟੇ ਜੀ। ਦਰਸ਼ਕੋ, ਅੱਜ ਸਾਡੇ ਨਾਲ ਹਨ ਗਿਆਨੀ ਹਰਪਾਲ ਸਿੰਘ ਜੀ ਮਖੂ, ਉਹਨਾਂ ਦੇ ਨਾਲ ਕੁਝ ਕੁ ਵਿਚਾਰਾਂ ਆਪਾਂ ਸਾਂਝੀਆਂ ਕਰਨੀਆਂ ਨੇ। ਗਿਆਨੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਆਪਾਂ ਪਹਿਲਾਂ ਵਿਚਾਰ ਕੀਤੀ ਸੀ ਕਿ ਮਾਪਿਆਂ ਦੇ ਬੱਚਿਆਂ ਪ੍ਰਤੀ ਫਰਜ਼, ਬੱਚਿਆਂ ਦੇ ਮਾਪਿਆਂ ਪ੍ਰਤੀ ਫਰਜ਼, ਅਤੇ ਜੇ ਆਪਾਂ ਦੂਸਰੇ ਪਾਸੇ ਆਉਂਦੇ ਹਾਂ, ਸਿੱਖ ਧਰਮ ਬਾਬਤ ਆ ਜਾਈਏ ਜਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਬਾਬਤ ਆ ਜਾਈਏ ਜਾਂ ਸੇਵਾਦਾਰਾਂ ਬਾਬਤ ਆ ਜਾਈਏ, ਰਾਗੀ ਸਿੰਘਾਂ ਬਾਰੇ ਆ ਜਾਈਏ, ਕੀ ਇਹਨਾਂ ਕਮੇਟੀਆਂ ਦੇ ਜਾਂ ਸੇਵਾਦਾਰਾਂ ਦੇ ਵੀ ਕੋਈ ਫਰਜ਼ ਨੇ? ਬਿਲਕੁਲ ਜੀ, ਮੈਂ ਪਹਿਲਾਂ ਗੱਲ ਕੀਤੀ ਸੀ ਵੀ ਸਮੁੱਚੀ ਕਾਇਨਾਤ ਫਰਜ਼ ਦੇ ਵਿੱਚ ਬੱਝੀ ਹੋਈ। ਹਰੇਕ ਦੇ ਆਪਣੇ ਫਰਜ਼ ਨੇ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ, ਪਤੀ ਪਤਨੀ ਦੇ ਫਰਜ਼ ਨੇ, ਮਾਂ ਧੀ ਦੇ ਫਰਜ਼ ਨੇ, ਪਿਤਾ ਪੁੱਤ ਦੇ ਫਰਜ਼ ਨੇ, ਪ੍ਰਬੰਧਕ ਕਮੇਟੀਆਂ ਦੇ ਆਪਣੇ ਫਰਜ਼ ਨੇ, ਪ੍ਰਚਾਰਕ ਸ਼੍ਰੇਣੀ ਦੇ ਆਪਣੇ ਫਰਜ਼ ਨੇ, ਬਿਲਕੁਲ, ਗੁਰੂ ਦੇ ਆਪਣੇ ਫਰਜ਼ ਨੇ, ਸੇਵਕ ਦੇ ਆਪਣੇ ਫਰਜ਼ ਨੇ, ਪਰ ਬਦਕਿਸਮਤੀ ਅਸੀਂ ਆਪਣੇ ਹੱਕਾਂ ਤੋਂ ਜਾਣੂ ਹੋ ਗਏ, ਆਪਣੇ ਫਰਜ਼ਾਂ ਤੋਂ ਜਾਣੂ ਨਹੀਂ ਹੋਏ। ਪ੍ਰਬੰਧਕ ਜਾਣ ਆਪਣਾ ਹੱਕ ਸਮਝਦੇ ਵੀ ਮੈਂ ਪ੍ਰਧਾਨ ਆ, ਘੁੰਮਣ ਵਾਲੀ ਕੁਰਸੀ ਕੇਵਲ ਮੇਰੀ ਏ, ਪ੍ਰਧਾਨਗੀ ਮੇਰੀ ਏ, ਬਿਲਕੁਲ, ਉਹਦੀ ਕੁਰਸੀ ਤੇ ਕੋਈ ਬਹਿੰਦਾ ਨਹੀਂ ਛੇਤੀ, ਉਹਦੀ ਕੁਰਸੀ ਤੇ ਕੋਈ ਬਹਿੰਦਾ ਨਹੀਂ, ਬਹਿ ਜੇ ਤੇ ਅਗਲਾ ਉਸੇ ਲਈ ਟੋਕਦਾ ਉਹਨਾਂ ਨੂੰ, ਬਿਲਕੁਲ ਬਿਲਕੁਲ, ਇਹਦਾ ਮਤਲਬ ਉਹਨੇ ਹੱਕ ਜਿਤਾ ਤਾ ਵੀ ਇਹ ਕੁਰਸੀ ਮੇਰੀ ਏ, ਇਹ ਤੇ ਦੂਜਾ ਬੰਦਾ ਬਹਿ ਨਹੀਂ ਸਕਦਾ, ਪਰ ਫਰਜ਼ ਕੀ ਉਹਦੇ ਤੇ ਬਹਿ ਕੇ, ਫਰਜ਼ ਕੀ ਨਿਭਾਉਣੇ ਸੀ, ਉਹ ਮੱਥਾ ਟੇਕਣ ਅੰਦਰ ਹੀ ਨਹੀਂ ਗਿਆ। ਇਹਨੇ ਬਿਨ ਇਸੇ ਪ੍ਰਕਾਰ ਹੁਣ ਵੇਖੋ ਆਪਾਂ ਗੌਰਮੈਂਟ, ਜਿਹੜੇ ਗੌਰਮੈਂਟ ਅਪਲਾਈਜ਼ ਨੇ, ਮੁਲਾਜ਼ਮ ਨੇ, ਗੌਰਮੈਂਟ ਟੀਚਰ ਦੀ ਗੱਲ ਕਰ ਲਈਏ ਜੀ, ਉਹ ਤਨਖਾਹ ਲੈਣੀ ਤੇ ਆਪਣਾ ਹੱਕ ਸਮਝਦਾ ਵੀ ਮੈਨੂੰ ਅੱਜ 60,000-70,000 ਰੁਪਇਆ ਮਹੀਨੇ ਦੀ ਮਿਲਣੀ ਹੈ, ਪਰ ਮਹੀਨਾ ਪਰ ਪੜ੍ਹਾਉਣਾ ਉਹਨੇ ਆਪਣਾ ਫਰਜ਼ ਜਾਣਿਆ। ਬਿਲਕੁਲ, ਸਰਕਾਰੀ ਡਾਕਟਰ ਦੀ ਲਾ ਲਈਏ, ਕੋਈ ਵੀ ਆਪਾਂ ਵੇਖ ਲਈਏ, ਹਰੇਕ ਬੰਦੇ ਨੂੰ ਪੁੱਛਿਆ ਜਾਵੇ, ਤੁਹਾਨੂੰ ਮੈਂ ਪੁੱਛਦਾ ਵੀ ਤੁਹਾਨੂੰ ਨੌਕਰੀ ਸਰਕਾਰੀ ਚਾਹੀਦੀ ਕਿ ਪ੍ਰਾਈਵੇਟ, ਤੁਸੀਂ ਕੀ ਕਹੋਗੇ? ਸਰਕਾਰੀ ਚਾਹੀਦੀ, ਸਰਕਾਰੀ ਚਾਹੀਦੀ। ਕਾਰਨ ਕੀ ਹੈ ਵੀ ਕੰਮ ਥੋੜਾ, ਤਨਖਾਹ ਜ਼ਿਆਦੀ, ਤਨਖਾਹ ਜ਼ਿਆਦੀ ਹੈ। ਹੁਣ ਪ੍ਰਾਈਵੇਟ ਦੇ ਵਿੱਚ ਕੀ ਹੈ ਵੀ ਕੰਮ ਜ਼ਿਆਦਾ ਲੈਂਦੇ ਨੇ, ਸੈਲਰੀ ਘੱਟ ਦਿੰਦੇ ਨੇ। ਬਿਲਕੁਲ ਜੀ, ਬਿਲਕੁਲ, ਇਹਦਾ ਮਤਲਬ ਪ੍ਰਬੰਧਕਾਂ ਨੇ ਆਪਣੇ ਹੱਕਾਂ ਨੂੰ ਸਮਝ ਲਿਆ ਪਰ ਆਪਣੇ ਫਰਜ਼ਾਂ ਨੂੰ ਨਹੀਂ, ਫਰਜ਼ਾਂ ਨੂੰ ਨਹੀਂ ਸਮਝਿਆ। ਉਹਨਾਂ ਦਾ ਫਰਜ਼ ਕੀ ਸੀ ਵੀ ਗੁਰਦੁਆਰੇ ਦੇ ਪ੍ਰਬੰਧ ਨੂੰ ਵੇਖਣਾ, ਵੀ ਗੁਰਦੁਆਰੇ 'ਚ ਕਿਸੇ ਗੱਲ ਦੀ ਘਾਟ ਤੇ ਨਹੀਂ, ਕਿਹੜੀ ਚੀਜ਼ ਦੀ ਲੋੜ ਹੈ, ਬੱਚਿਆਂ ਦੀਆਂ ਕਲਾਸਾਂ
ਪ੍ਰੋਪਰ ਲੱਗ ਰਹੀ ਹੈ ਵੀ ਕਿਹੜੇ ਤਰੀਕੇ ਨਾਲ ਬੱਚਿਆਂ ਨੂੰ ਜੋੜਿਆ ਜਾ ਸਕਦਾ, ਕਿਹੜੇ ਤਰੀਕੇ ਨਾਲ ਬਜ਼ੁਰਗਾਂ ਨੂੰ ਜੋੜਿਆ ਜਾ ਸਕਦਾ, ਕਿਹੜੇ ਤਰੀਕੇ ਨਾਲ ਕੁੜੀਆਂ ਨੂੰ, ਕਿਹੜੇ ਤਰੀਕੇ ਨਾਲ ਮੁੰਡਿਆਂ ਨੂੰ, ਕਿਉਂਕਿ ਸਮੇਂ ਦੇ ਹਾਣੀ ਹੋ ਕੇ ਚੱਲਣਾ ਪਵੇਗਾ। ਸਮੇਂ ਸਮੇਂ ਅਨੁਸਾਰ ਨੀਤੀਆਂ ਬਦਲਣੀਆਂ ਪੈਣਗੀਆਂ, ਢੰਗ ਤਰੀਕੇ ਬਦਲਣੇ ਪੈਣਗੇ। ਇਹ ਪ੍ਰਬੰਧਕਾਂ ਦਾ ਕੰਮ ਸੀ, ਇਹ ਪ੍ਰਬੰਧ ਉਹਨਾਂ ਦਾ ਸੀ। ਹੁਣ ਪ੍ਰਚਾਰਕਾਂ ਦੇ ਆਪਣੇ ਫਰਜ਼ ਨੇ, ਪਰ ਵੇਖੋ ਜਦੋਂ ਅੱਜ ਪ੍ਰਚਾਰਕ ਰੱਖਿਆ ਜਾਂਦਾ, ਪ੍ਰਬੰਧਕ ਇੱਕ ਗ੍ਰੰਥੀ ਰੱਖਣਾ, ਉਹਦੀ ਇੰਟਰਵਿਊ ਕੀ ਲੈਂਦੇ ਨੇ, ਤੂੰ ਬਿਜਲੀ ਦਾ ਕੰਮ ਜਾਣਦਾ, ਬਿਲਕੁਲ ਜੀ ਬਿਲਕੁਲ, ਤੂੰ ਇਲੈਕਟ੍ਰੀਸ਼ਨ ਦਾ ਕੰਮ ਜਾਣਦਾ, ਬਿਲਕੁਲ, ਤੂੰ ਰਸੋਈ ਦਾ ਕੰਮ ਜਾਣਦਾ। ਹੁਣ ਬੰਦਾ ਪੁੱਛੇ ਤੁਸੀਂ ਉਹ ਗ੍ਰੰਥੀ ਸਿੰਘ ਰੱਖ ਰਹੇ ਹੋ ਕਿ ਇਲੈਕਟ੍ਰੀਸ਼ਨ ਰੱਖ ਰਹੇ ਹੋ, ਬਿਲਕੁਲ ਸਹੀ ਗੱਲ ਆ। ਪ੍ਰਬੰਧਕਾਂ ਦਾ ਤਾਂ ਫਰਜ਼ ਇਹ ਸੀ ਨਾ ਵੀ ਉਹ ਗ੍ਰੰਥ ਦੇ ਰਿਗਾਰਡਿੰਗ ਉਹਨੂੰ ਸਵਾਲ ਕੀਤੇ ਜਾਂਦੇ, ਬਿਲਕੁਲ, ਵੀ ਤੂੰ ਸੰਥਿਆ ਕਿੱਥੋਂ ਲਈ ਹੈ, ਤੂੰ ਕਿਹੜੀ ਮਰਿਆਦਾ ਨੂੰ ਫੋਲੋ ਕਰਦਾ ਹੈ, ਤੈਨੂੰ ਗੁਰਬਾਣੀ ਕਿੰਨੀ ਕੰਠ ਹੈ, ਕਥਾ ਵੀ ਕਰ ਸਕਦਾ, ਇਹ ਤੇ ਸਵਾਲ ਸਨ, ਬਿਲਕੁਲ ਬਿਲਕੁਲ। ਪਰ ਪ੍ਰਬੰਧਕਾਂ ਨੇ ਉਹ ਆਪਣੇ ਫਰਜ਼ ਨਹੀਂ ਨਿਭਾਏ, ਉਹਨਾਂ ਨੇ ਵੇਖਿਆ ਵੀ ਇੱਕ ਬੰਦੇ ਤੋਂ 10 ਕੰਮ ਲੈ ਲਈਏ, ਬਿਲਕੁਲ ਬਿਲਕੁਲ, ਇਹਦੇ ਪਿੱਛੇ ਖੋਰੇ ਉਹਨਾਂ ਦੀ ਕੀ ਹੈ ਮਿਲੀ ਭੁਗਤ, ਇਹ ਰੱਬ ਹੀ ਜਾਣਦਾ। ਪਰ ਹਰੇਕ ਦੇ ਆਪਣੇ ਫਰਜ਼ ਨੇ, ਪ੍ਰਚਾਰਕਾਂ ਦੇ ਆਪਣੇ ਫਰਜ਼ ਨੇ। ਵੇਖੋ ਠੀਕ ਹੈ ਜੇ ਕਮੇਟੀ ਘੱਟ ਦਿੰਦੀ ਹੈ, ਪ੍ਰਚਾਰਕ ਸੰਗਤ ਨਾਲ ਹੀ ਇਹੋ ਜਿਹਾ ਰਾਬਤਾ ਕਾਇਮ ਕਰ ਲੈਣ, ਸੰਗਤ ਕਿਸੇ ਗੱਲ ਦੀ ਕਮੀ ਨਹੀਂ ਆਉਣ ਦਿੰਦੀ, ਜੇ ਪ੍ਰਬੰਧਕਾਂ ਦੀ ਗੋਲਕ ਭਰ ਰਹੀ ਉਹ ਵੀ ਸੰਗਤ ਦੇ ਜ਼ਰੀਏ ਭਰ ਰਹੀ ਨਾ, ਬਿਲਕੁਲ ਬਿਲਕੁਲ ਬਿਲਕੁਲ। ਪ੍ਰਚਾਰਕਾਂ ਦੇ ਆਪਣੇ ਫਰਜ਼ ਨੇ ਵੀ ਤੁਸੀਂ ਸੰਗਤ ਨੂੰ ਕੀ ਦੇ ਰਹੇ ਹੋ, ਵੀ ਤੁਸੀਂ ਆਪਣਾ ਫਰਜ਼ ਨਿਭਾ ਰਹੇ ਹੋ, ਕੀਰਤਨ ਕਥਾ ਤੋਂ ਬਿਨਾਂ ਤੁਸੀਂ ਨਾਲ ਕਲਾਸਾਂ ਲਾ ਰਹੇ ਹੋ। ਇੱਥੇ ਇੱਕ ਹੋਰ ਬਹੁਤਾਂਤ ਆਪਾਂ ਨੂੰ ਵੇਖਣ ਨੂੰ ਮਿਲਦਾ ਹੈ, ਪ੍ਰਚਾਰਕ ਰੱਖਿਆ ਜਾਂਦਾ ਹੈ, ਕੋਈ 10,000 ਰੁਪਇਆ ਜਾਂ 8,000 ਰੁਪਇਆ ਉਹਨੂੰ ਤਨਖਾਹ ਦਿੱਤੀ ਜਾਂਦੀ ਹੈ, ਫਿਰ ਪ੍ਰਚਾਰ ਜਿਹੜਾ ਹੈ ਉਹ ਵੀ ਦਰਸ਼ਕੋ ਉਹ ਕਮੇਟੀ ਆਪਣੇ ਤਰੀਕੇ ਦਾ ਕਰਾਉਂਦੀ ਹੈ, ਅਤੇ ਪ੍ਰਚਾਰਕ ਵਿਚਾਰਿਆਂ ਨੂੰ ਬੋਲਣ ਦੇ ਵਿੱਚ ਵੀ ਝਿਜਕ ਆਉਂਦੀ ਹੈ। ਅਤੇ ਤੁਸੀਂ ਇਵੇਂ ਦਾ ਕੋਈ ਤੁਹਾਡੇ ਨਾਲ ਕੋਈ ਵਾਕਿਆ ਹੋਇਆ ਹੋਵੇ ਵੀ ਜਿੱਥੇ ਕੋਈ? ਬਿਲਕੁਲ ਜੀ, ਜੇ ਆਪਾਂ 100 ਦੇ ਵਿੱਚੋਂ ਗੱਲ ਕਰੀਏ, 95% ਪ੍ਰਬੰਧਕ ਇਹੋ ਜਿਹੇ ਨੇ ਵੀ ਉਹ ਮਤਲਬ ਆਪਣੇ ਤਰੀਕੇ ਦੇ ਨਾਲ ਹੀ ਬੁਲਾਉਂਦੇ ਨੇ ਪ੍ਰਚਾਰਕਾਂ ਨੂੰ, ਵੀ ਜਿਵੇਂ ਅਸੀਂ ਚਾਹੁੰਦੇ ਉਵੇਂ ਬੋਲੋ, ਉਵੇਂ ਬੋਲੋ, ਵੀ ਗੁਰਬਾਣੀ ਜਿਵੇਂ ਕਹਿੰਦੀ ਉਵੇਂ ਨਾ ਬੋਲੋ, ਉਵੇਂ ਨਾ ਬੋਲੋ, ਬਿਲਕੁਲ ਬਿਲਕੁਲ। ਜੇ ਅੱਜ ਸਰਾਧਾਂ ਦੀ ਗੱਲ ਹੈ ਤੁਸੀਂ ਸਰਾਧਾਂ ਦੀ ਗੱਲ ਨਹੀਂ ਕਰਨੀ, ਜੇ ਅੱਜ ਵਰਤਾਂ ਦੀ ਗੱਲ ਤੁਸੀਂ ਵਰਤਾਂ ਦੀ ਗੱਲ ਨਹੀਂ ਕਰਨੀ, ਤੁਸੀਂ ਆਹ ਚੀਜ਼ ਦੀ ਗੱਲ ਨਹੀਂ ਕਰਨੀ ਵੀ ਸਾਡੀ ਗੋਲਕ ਘਟੇਗੀ। ਹਾਂ ਦੇਖੋ ਕਿੱਡੀ ਹੈਰਾਨੀ ਦੀ ਗੱਲ ਹੈ ਵੀ ਪ੍ਰਬੰਧਕਾਂ ਦਾ ਫਰਜ਼ ਗੋਲਕ ਵਧਾਉਣਾ ਨਹੀਂ ਸੀ, ਵੰਨ ਸਵੰਨੇ ਲੰਗਰ ਲਾਉਣਾ ਨਹੀਂ ਸੀ, ਉਹਨਾਂ ਦਾ ਫਰਜ਼ ਸੀ ਵੀ ਅਸੀਂ ਯੰਗ ਜਨਰੇਸ਼ਨ ਨੂੰ ਕਿਵੇਂ ਗੁਰੂ ਨਾਲ ਜੋੜਨਾ ਹੈ, ਬਿਲਕੁਲ ਬਿਲਕੁਲ, ਕੁੜੀਆਂ ਨੂੰ ਕਿਵੇਂ ਜੋੜਨਾ ਹੈ, ਵੀ ਸਮੇਂ ਦੇ ਨਾਲ ਕਿਹੜੇ ਕਿਹੜੇ ਢੰਗ ਸਾਨੂੰ ਅਪਣਾਉਣੇ ਪੈਣਗੇ, ਇਹ ਪ੍ਰਬੰਧਕ ਜਣਾ ਦਾ ਫਰਜ਼ ਸੀ। ਪਰ ਉਹਨਾਂ ਆਪਣੇ ਫਰਜ਼ ਕੀ ਸਮਝਿਆ ਵੀ ਗੁਰਦੁਆਰੇ ਸੀ ਜਿਹੜਾ ਪੱਥਰ ਰਹਿਣ ਮਕਰਾਣੇ ਦਾ ਜੀ, ਇਹ ਲੱਕੜ ਸਾਗਵਾਨ ਦੀ ਹੈ ਜੀ, ਆਹ ਜਿਹੜਾ ਪੱਖਾ ਸੀ ਨਾ ਜਪਾਨ ਤੋਂ ਚੀਨ ਤੋਂ ਮੰਗਾਇਆ ਜੀ, ਆਹ ਫਲਾਣੀ ਚੀਜ਼ ਅਸੀਂ ਉੱਥੋਂ ਮੰਗਾਈਏ, ਤੇ ਗ੍ਰੰਥੀ ਜਿਹੜਾ ਰੱਖਣਾ ਸਸਤੇ ਤੋਂ ਸਸਤਾ ਰੱਖਣਾ। ਜੇ ਗ੍ਰੰਥੀ ਸਿੰਘ ਕੀਰਤਨੀਆਂ 10-15 ਹਜ਼ਾਰ ਦੀ ਮੰਗ ਕਰਦਾ ਹੈ, ਉਹ ਕਹਿੰਦੇ ਇੰਨੇ ਪੈਸੇ, ਦੇਖੋ ਗੁਰਦੁਆਰੇ ਤੇ 1 ਕਰੋੜ ਰੁਪਇਆ ਲਾਤਾ, ਬਿਲਕੁਲ, ਜੇ ਉਹਦੇ ਵਿੱਚੋਂ ਕੋਈ ਮੈਸੇਜ ਹੀ ਨਹੀਂ, ਹੁਣ ਸਕੂਲ ਦੀ ਬਿਲਡਿੰਗ ਆਪਾਂ ਉਹਦੇ ਤੇ ਲਾਤਾ 1 ਕਰੋੜ ਰੁਪਇਆ, ਬਿਲਕੁਲ, ਤੇ ਅੰਦਰ ਅੰਦਰ ਜਿਹੜਾ ਉਹ ਸਿਲੇਬਸ ਹੀ ਬਹੁਤਾ ਵਧੀਆ ਨਹੀਂ, ਬਿਲਕੁਲ ਸਹੀ ਗੱਲ ਹੈ, ਉਹ ਸਕੂਲ ਦਾ ਲੈਵਲ ਹੀ ਉਸ ਤਰੀਕੇ ਦਾ ਨਹੀਂ, ਹਾਂ ਤੇ ਬਿਲਡਿੰਗ ਨੂੰ ਕੀ ਕਰਨਾ, ਬਿਲਡਿੰਗ ਨੂੰ ਚੱਟਣਾ। ਗੱਲ ਇਹ ਆ ਵੀ ਤੁਹਾਡਾ ਅੰਦਰ ਉਹ ਪੜ੍ਹਾਈ ਦਾ ਸਟੇਟਸ ਕੀ ਹੈ, ਇਮਾਰਤ ਭਾਵੇਂ ਛੋਟੀ ਹੋਵੇ, ਪੜ੍ਹਾਈ ਛੋਟੀ ਇਮਾਰਤ ਛੋਟੀ ਹੋਵੇ ਵੀ ਪੜ੍ਹਾਈ ਦਾ ਸਟੈਂਡਰਡ ਵੇਖਣਾ ਪਏਗਾ ਵੀ ਪੜ੍ਹਾਈ ਦਾ ਸਟੈਂਡਰਡ। ਹੁਣ ਵੇਖੋ ਸਾਡੇ ਆਪਣੇ ਇੱਥੋਂ ਵੇਖਦੇ ਮਖੂ, ਕੋਈ ਇਹੋ ਜਿਹੇ ਸਕੂਲ ਵੀ ਖੁੱਲ੍ਹ ਗਏ ਨੇ ਜਿਹੜੇ ਸਾਰੇ ਫੁੱਲ ਏਅਰ ਕੰਡੀਸ਼ਨ ਨੇ, ਬਿਲਕੁਲ ਬਿਲਕੁਲ, ਸਾਰੇ ਸ਼ੀਸ਼ਿਆਂ 'ਚ ਜੜੇ ਨੇ,
ਪਰ ਇੱਕ ਪਾਸੇ ਆਪਾਂ ਆਪਣੇ ਬੱਚੇ ਅਕਾਲ ਅਕੈਡਮੀ 'ਚ ਪੜ੍ਹਦੇ ਨੇ, ਬਿਲਡਿੰਗ ਬੜੀ ਖਸਤਾ ਹੈ, ਬਿਲਕੁਲ ਪੜ੍ਹਾਈ ਦਾ ਸਟੈਂਡਰਡ ਬੜਾ ਵਧੀਆ, ਸਟੈਂਡਰਡ ਵਧੀਆ, ਹਾਂ ਬਿਲਕੁਲ ਜੀ। ਗੱਲ ਤਾਂ ਇਹ ਵੇਖਣੀ ਪਏਗੀ ਗੁਰਦੁਆਰੇ ਦੀ ਇਕੱਲੀ ਬਿਲਡਿੰਗ ਬਣਾਉਣਾ ਹੀ ਪ੍ਰਬੰਧਕਾਂ ਦਾ ਕੰਮ ਨਹੀਂ, ਵੀ ਗੁਰਦੁਆਰੇ ਦੇ ਮੈਨੇਜ ਨੂੰ ਕਿਵੇਂ ਵੇਖਣਾ ਹੈ, ਵੀ ਕਿਵੇਂ ਤਕਨੀਕ, ਕਿਵੇਂ ਸ਼ਹੀਦ ਪਰਿਵਾਰਾਂ ਦੀ ਮਦਦ ਕਰਨੀ ਹੈ, ਕਿਵੇਂ ਗਰੀਬ ਪਰਿਵਾਰਾਂ ਦੀ ਮਦਦ ਕਰਨੀ, ਕਿਤੇ ਹੜ੍ਹ ਆ ਜਾਂਦੇ ਨੇ ਉੱਥੇ ਗੋਲਕ ਦੀ ਵਰਤੋਂ ਕੀ ਕਰਨੀ, ਕੇਵਲ ਇਹ ਨਹੀਂ ਵੀ ਅਸੀਂ ਪੈਸੇ ਉਹ ਆਪਣੀ ਨਿੱਜੀ FD ਕਰਾ ਛੱਡੀਏ। ਬਹੁਤੀਆਂ ਕਮੇਟੀਆਂ ਮੈਂ ਵੇਖਦਾ ਨਿੱਜੀ FD ਕਰਾਈਆਂ, ਬਿਲਕੁਲ, ਪਰ ਇਹੋ ਜਿਹੇ ਮੈਂ ਪ੍ਰਧਾਨ ਵੇਖੇ ਨੇ ਗੁਰਦੁਆਰਿਆਂ ਦੇ ਜਿਹੜੇ ਗਰੀਬਾਂ ਦੀ ਅੱਤ ਦਰਜੇ ਦੀ ਮਦਦ ਕਰਦੇ ਨੇ, ਸ਼ਹੀਦ ਪਰਿਵਾਰਾਂ ਦੀ ਅੱਤ ਦਰਜੇ ਦੀ ਮਦਦ ਕਰਦੇ ਨੇ, ਬਿਲਕੁਲ, ਗਰੀਬਾਂ ਦੀਆਂ ਕੁੜੀਆਂ ਵਿਆਹੁੰਦੇ ਨੇ, ਪਰ ਕੋਈ ਇਹ ਵੀ ਨੇ ਜਿਹੜੇ ਉਹ ਗੁਰਦੁਆਰੇ ਦੀ ਗੋਲਕ ਨੂੰ ਆਪਣੇ ਨਿੱਜੀ ਇਤਲੀ ਵਰਤਦੇ ਨੇ। ਪਰ ਇਹ ਆ ਵੀ ਫਰਜ਼ ਇਹ ਆ ਵੀ ਮਾਲਕ ਜੀ ਇਹ ਵਾਹਿਗੁਰੂ ਤੂੰ ਇਹ ਸਾਨੂੰ ਇਹ ਪ੍ਰਬੰਧ ਦਿੱਤਾ, ਅਸੀਂ ਤੇਰੇ ਅਨੁਸਾਰ ਹੀ ਇਹ ਚਲਾ ਸਕੀਏ, ਦਾਵਾ ਨਾ ਕਰੀਏ ਵੀ ਇਹ ਪ੍ਰਧਾਨਗੀ ਮੇਰੀ ਏ, ਜਿਉਂਦੇ ਜੀ ਮੇਰੇ ਤੋਂ ਕੋਈ ਲੈ ਨਹੀਂ ਸਕਦਾ, ਇਹਦਾ ਮਤਲਬ ਉਹ ਸੇਵਾ ਨਹੀਂ ਉਹ ਕਬਜ਼ਾ। ਸਹੀ ਗੱਲ, ਫਰਜ਼ ਤੇ ਇਹ ਸੀ ਨਾ ਵੀ ਜੇ ਅੱਜ ਪ੍ਰਧਾਨਗੀ ਸੰਗਤਾਂ ਨੇ ਦਿੱਤੀ ਏ ਤੇ ਹੱਥ ਜੋੜ ਕੇ ਸੇਵਾ ਕਰਦੇ, ਫਿਰ ਪ੍ਰਧਾਨਗੀ ਛੱਡਣ ਨੂੰ ਵੀ ਉਹਨਾਂ ਦਾ ਜੀ ਨਹੀਂ ਕਰਦਾ। ਕਈ ਵਾਰੀ ਉੱਥੇ ਲੜਾਈਆਂ ਝਗੜੇ ਬੜੇ ਹੁੰਦੇ ਆ, ਕਹਿੰਦੇ ਵੀ ਸਾਡੇ ਕੋਲ ਪ੍ਰਧਾਨਗੀ ਹੈ ਬੜੇ ਪੁਰਾਣੀ ਹੈ, 20 ਸਾਲ ਪੁਰਾਣੀ ਹੈ, ਸਾਡੇ ਪਹਿਲਾਂ ਬਜ਼ੁਰਗ ਇੱਥੇ ਪ੍ਰਧਾਨ ਰਹੇ ਆ, ਫਿਰ ਮੇਰੇ ਬਾਪ ਨੇ, ਜੇ ਬਾਈ ਚਾਂਸ ਬਾਪ ਕਿਤੇ ਵਿਦੇਸ਼ ਚਲਿਆ ਜਾਂਦਾ ਹੈ ਜਾਂ ਰੱਬ ਨਾ ਕਰੇ ਕਿਤੇ ਐਕਸਪਾਇਰ ਹੋ ਜਾਂਦਾ ਹੈ, ਮੌਤ ਹੋ ਜਾਂਦੀ ਹੈ, ਮਗਰ ਉਹ ਪੁੱਤ ਵੀ ਦਾਅਵੇਦਾਰ ਹੋ ਜਾਂਦਾ ਹੈ ਕਿ ਬਾਪ ਦੀ ਕੁਰਸੀ ਪ੍ਰਧਾਨ ਵਾਲੀ ਮੇਰੀ ਬਣਦੀ ਹੈ, ਮੈਂ ਪ੍ਰਧਾਨ ਹਾਂ। ਇਹਦਾ ਮਤਲਬ ਹੈ ਵੀ ਅਸੀਂ ਆਪਣੀ ਸੇਵਾ ਨੂੰ ਸੇਵਾ ਨਹੀਂ ਸਮਝਿਆ, ਗੁਰੂ ਦੇ ਅਸਥਾਨ 'ਤੇ ਆ ਕੇ ਅਸੀਂ ਆਪਣੀ ਪ੍ਰਧਾਨਗੀ ਨੂੰ ਹੀ ਵਧਾਵਾ ਦਿੱਤਾ ਅਤੇ ਆਪਣੀ ਹੋਮੈ ਨੂੰ ਜਗਾਇਆ। ਹੋਮੈ ਤਾਂ ਉੱਥੇ ਗੁਰੂ ਦੇ ਘਰ ਦੇ ਵਿੱਚ ਜਾ ਕੇ ਸਾਡੀ ਖਤਮ ਹੋਣੀ ਚਾਹੀਦੀ ਸੀ, ਅਤੇ ਗੁਰੂ ਘਰ ਦੇ ਵਿੱਚ ਜਾ ਕੇ ਕੁਰਸੀ ਨੂੰ ਵੇਖ ਕੇ ਸਾਡੇ ਅੰਦਰ ਕਈ ਵਾਰੀ ਹੋਮੈ ਆ ਜਾਂਦੀ ਹੈ। ਅਤੇ ਇਸ ਵਾਸਤੇ ਇਹਦਾ ਮਤਲਬ ਇਹ ਬਣਦਾ ਭਾਈ ਸਾਹਿਬ ਜੀ ਮੇਰੇ ਹਿਸਾਬ ਦੇ ਨਾਲ ਵੀ ਜਿਹੜਾ ਫਰਜ਼ ਹੈ ਕਮੇਟੀਆਂ ਨੇ ਉਹਨਾਂ ਨੇ ਗੋਲਕ ਗਿਣਨ ਵਾਸਤੇ ਗੋਲਕ ਨੂੰ ਵਧਾਉਣ ਵਾਸਤੇ ਇਹੀ ਫਰਜ਼ ਅਪਣਾਇਆ, ਸਮਾਜ ਅਤੇ ਸਿੱਖ ਧਰਮ ਦੇ ਬੱਚਿਆਂ ਨੂੰ ਗਾਂ ਵਧਣ ਫੁੱਲਣ ਵਾਸਤੇ ਉਹਨਾਂ ਨੇ ਆਪਣੇ ਫਰਜ਼ ਨੂੰ ਸੱਚੀ ਭੁਲਾਇਆ ਹੀ ਹੈ। ਵੀਰ ਜੀ ਜਿਹੜੀ ਤੁਸੀਂ ਗੱਲ ਕੀਤੀ ਨਾ, ਬਹੁਤੇ ਗੁਰਦੁਆਰੇ ਜਿਹੜੇ ਨੇ ਬਣੇ ਉਹਨਾਂ ਦਾ ਜਨਮ ਗੁਰਦੁਆਰਿਆਂ ਦਾ ਪ੍ਰਧਾਨਗੀ 'ਚ ਹੋਇਆ। ਹਾਂ ਬਿਲਕੁਲ, ਵੀ ਜੇ ਦੂਜੇ ਨੇ ਕਹਿ ਤਾ ਮੈਂ ਪ੍ਰਧਾਨ ਹਾਂ, ਪ੍ਰਧਾਨ ਸਾਬਕਾ ਪ੍ਰਧਾਨ ਨੇ ਆਪਣੀ ਸੰਗਤ ਦਸ ਇਕੱਠੇ ਕਰਕੇ ਉਹਨੇ ਵੱਖਰਾ ਗੁਰਦੁਆਰਾ ਬਣਾ ਲਿਆ। ਹਾਂ, ਜੇ ਪਿੰਡਾਂ 'ਚ ਵੀ 2-3 ਗੁਰਦੁਆਰੇ ਨੇ, ਹਰੇਕ ਮਹੱਲੇ 'ਚ ਗੁਰਦੁਆਰੇ ਨੇ, ਉਹਨਾਂ ਦਾ ਜਨਮ ਪ੍ਰਧਾਨਗੀ 'ਚ ਹੋਇਆ। ਜੇ ਵੀ ਪ੍ਰਧਾਨਗੀ ਨਹੀਂ ਛੱਡਣੀ, ਗੁਰਦੁਆਰਾ ਨਵਾਂ ਬਣਾ ਦਿਆ, ਗੁਰਦੁਆਰਾ ਨਵਾਂ ਬਣਾ ਦਿਆਂਗੇ, ਬਿਲਕੁਲ ਬਿਲਕੁਲ, ਉਹਦੇ ਨਾਲ ਵਧੀਆ ਲੰਗਰ ਲਾਵਾਂਗੇ, ਉਹਦੇ ਨਾਲ ਸੰਗਤ ਨੂੰ ਵੇਖੋ ਲੰਗਰਾਂ 'ਚ ਉਲਝਾ ਕੇ ਰੱਖਦਾ। ਬਿਲਕੁਲ, ਵੀ ਉਹਨਾਂ ਨੇ ਇਸ ਵਾਰ ਫਲਾਣਾ ਨਗਰ ਕੀਰਤਨ ਕੀਤਾ, ਆਪਾਂ ਫਲਾਣਾ ਕਰਾਂਗੇ, ਉਹਨਾਂ ਨੇ ਆਹ ਲੰਗਰ ਲਾਇਆ ਸੀ, ਪੀਜ਼ੇ ਦਾ ਲਾਵਾਂਗੇ। ਵੇਖੋ ਜੋੜਨਾ ਤੇ ਆਪਾਂ ਯੰਗ ਜਨਰੇਸ਼ਨ ਨੂੰ ਸੀ ਬਾਣੀ ਦੇ ਨਾਲ ਵੀ ਕਿਹੜੇ ਤਰੀਕੇ ਅਪਣਾਏ ਜਾਣ, ਵੀ ਜਿਹੜੇ ਨੌਜਵਾਨ ਅੱਜ ਵੇਖੋ ਗੁਰਦੁਆਰਿਆਂ 'ਚ ਕਥਾ ਹੁੰਦੀ ਲਾਈਵ, ਅਸੀਂ ਵੀ ਕਰਦੇ ਹਾਂ, ਵਿਦੇਸ਼ਾਂ 'ਚ ਵੀ ਕਰਦੇ ਹਾਂ, ਅੱਗੇ ਬਜ਼ੁਰਗ ਚਿਹਰੇ ਬੈਠੇ ਗਿਣਤੀ ਦੇ, ਅੱਜ ਸਾਨੂੰ ਬੱਚਾ ਸੁਣ ਨਹੀਂ ਰਿਹਾ, ਇਹ ਤਰੀਕੇ ਅਪਣਾਉਣੇ ਪੈਣਗੇ ਵੀ ਬੱਚੇ ਸਾਨੂੰ ਸੁਣ ਸਕਣ, ਬੱਚਿਆਂ ਦੀ ਅਸੀਂ ਕਲਾਸਾਂ ਲਾ ਸਕੀਏ ਜੰਗ, ਕਿਉਂਕਿ ਜਦੋਂ ਵੀ ਕ੍ਰਾਂਤੀ ਆਈ ਨਾ ਉਹ ਨੌਜਵਾਨਾਂ ਦੇ ਸਿਰ ਤੇ ਆਈ, ਬੁੜਿਆਂ ਨੇ ਕਦੀ ਕ੍ਰਾਂਤੀ ਨਹੀਂ ਲਿਆਂਦੀ, ਕ੍ਰਾਂਤੀ ਨਹੀਂ ਲਿਆਂਦੀ, ਤੇ ਬੁੜਿਆਂ ਨੂੰ ਇਹ ਛੱਡ ਦੇਣਾ ਚਾਹੀਦਾ ਵੀ ਠੀਕ ਹੈ ਜਿੰਨੀ ਦੇਰ ਉਹਨਾਂ ਦੇ ਫਰਜ਼ ਉਹਨਾਂ ਨਿਭਾਏ ਨੇ, ਪਰ ਇਹ ਆ ਵੀ ਅਖੀਰ ਤੱਕ ਇਹ ਨਾ ਸੋਚਣ ਵੀ ਹੁਣ ਅਸੀਂ ਹੀ ਕਰਨਾ ਹੈ, ਉਹ ਇਹ ਵੀ ਉਹਨਾਂ ਦਾ ਫਰਜ਼ ਹੈ ਵੀ ਨੌਜਵਾਨਾਂ ਦੇ ਮੋਢਿਆਂ 'ਤੇ ਜ਼ਿੰਮੇਵਾਰੀਆਂ ਪਾਈਏ ਵੀ ਆਓ ਵੀ ਭਲਿਓ ਹੁਣ ਤੁਸੀਂ ਜ਼ਿੰਮੇਵਾਰੀ ਸਾਂਭੋ, ਅਸੀਂ ਬੜਾ ਚਿਰ ਸਾਂਭੀਏ, ਇਹ ਵੀ ਉਹਨਾਂ ਦਾ ਫਰਜ਼ ਬਣਦਾ ਵੀ ਨੌਜਵਾਨਾਂ ਨੂੰ ਕਿਵੇਂ ਜੋੜਨਾ, ਕਿਵੇਂ ਸਮਝਾਉਣਾ, ਬਸ ਇਹਨਾਂ ਚੀਜ਼ਾਂ ਤੋਂ ਥੋੜ੍ਹੇ ਜਿਹੇ ਅਸੀਂ ਅਵੇਸਲੇ ਹੋ ਗਏ ਹਾਂ। ਪ੍ਰਬੰਧਕ ਵੀ ਆਪਣੇ ਫਰਜ਼ ਨਿਭਾਉਣ, ਪ੍ਰਚਾਰਕ ਆਪਣੇ ਫਰਜ਼ ਨਿਭਾਉਣ, ਤੇ ਜਿਹੜੀਆਂ ਸਾਡੀਆਂ ਸਰਮੋਰ ਸਨ ਜਥੇਬੰਦੀਆਂ ਉਹਨਾਂ ਨੇ ਆਪਣੇ ਫਰਜ਼ ਨਿਭਾਏ ਨਹੀਂ, ਮਾਫ ਕਰਨਾ, ਇੱਥੇ ਥੋੜ੍ਹਾ ਦੁੱਖ ਹੁੰਦਾ। ਹੁਣ ਵੇਖੋ ਹੋਰ ਧਰਮਾਂ ਦੇ ਪ੍ਰਚਾਰਕ ਨੇ, ਕ੍ਰਿਸਚੈਨਟੀ ਨੇ, ਇਸਲਾਮਿਜ਼ਮ ਦੇ, ਉਹਨਾਂ ਦੀਆਂ ਸਰਮੋਰ ਜਥੇਬੰਦੀਆਂ ਕਹਿੰਦੀਆਂ ਤੁਸੀਂ ਪ੍ਰਚਾਰ ਕਰਨਾ, ਤੁਸੀਂ ਪਛਾਣ ਹੀ ਵੇਖਣਾ
ਤੁਹਾਡੇ ਬੱਚਿਆਂ ਦੀ ਪਰਵਰਿਸ਼ ਅਸੀਂ ਕਰਾਂਗੇ, ਤੁਹਾਨੂੰ ਮੈਡੀਕਲ ਬਿਲਕੁਲ ਫ੍ਰੀ ਹੋਏਗਾ, ਤੁਹਾਡੇ ਬੱਚਿਆਂ ਦੀ ਐਜੂਕੇਸ਼ਨ ਫ੍ਰੀ ਹੋਏਗੀ, ਜੇ ਬੱਚੇ ਤੁਹਾਡੇ ਪੜ੍ਹ ਲਿਖ ਜਾਂਦੇ ਨੇ, ਸਾਡੇ ਬੜੇ ਹੋਸਪਿਟਲ ਨੇ, ਸਾਡੇ ਬੜੇ ਕਾਲਜ ਨੇ, ਅਸੀਂ ਉਹਨਾਂ 'ਚ ਉਹਨਾਂ ਨੂੰ ਫਿੱਟ ਕਰਾਂਗੇ, ਪਰ ਸਾਡੇ ਕੋਲ ਇਹੋ ਜਿਹਾ ਕੋਈ ਪ੍ਰਬੰਧ ਨਹੀਂ। ਨਹੀਂ, ਜਿਸ ਤਰ੍ਹਾਂ ਆਪਣੇ ਕੋਲ ਐਸ ਜੀ ਪੀ ਸੀ ਹੈ, ਕਿੱਡੀ ਵੱਡੀ ਸ੍ਰੇਸ਼ਟ ਜਥੇਬੰਦੀ ਹੈ ਔਰ ਪ੍ਰਬੰਧਕ ਕਮੇਟੀ ਹੈ, ਜਿਨ੍ਹਾਂ ਦਾ 12 ਅਰਬ ਤੋਂ ਐਦਕੀ ਵੀ ਪਲੱਸ ਜਿਹੜਾ ਬਜਟ ਹੈ ਉੱਥੋਂ ਦਾ ਹੋਇਆ, ਕਿ ਉਹ ਸਿੱਖ ਬੱਚਿਆਂ ਨੂੰ ਪਾਲ ਨਹੀਂ ਸਕਦੇ ਜਾਂ ਕੋਈ ਨਾ ਕੋਈ ਸਿਸਟਮ ਲਾ ਕੇ ਉਹਨਾਂ ਨੂੰ ਰੁਜ਼ਗਾਰ ਦੇਣ? ਬੱਚਿਆਂ ਨੂੰ ਤਾਂ ਪਾਲਣ ਜੀ, ਉਹਨਾਂ ਦਾ ਢਿੱਡ ਪਲੇ, ਉਹ ਤਾਂ ਆਪਣੇ ਬੱਚਿਆਂ ਨੂੰ ਪਾਲ ਰਹੇ ਨੇ, ਵਿਦੇਸ਼ਾਂ 'ਚ ਪੜ੍ਹਾ ਰਹੇ ਨੇ ਗੁਰੂ ਦੀ ਗੋਲਕ ਤੋਂ। ਕਿਸੇ ਵੀ ਸਿੰਘ ਸਾਹਿਬ ਦਾ, ਕਿਸੇ ਵੀ ਪ੍ਰਧਾਨ ਦਾ ਅੱਜ ਤੋਂ 10-15 ਸਾਲ ਪਹਿਲਾਂ ਵੇਖ ਲਓ ਹਾਲਤ ਕੀ ਸੀ, ਅਤੇ ਬਾਅਦ 'ਚ ਵੇਖ ਲਓ ਕੀ ਸੀ। ਨਿੱਜੀ ਗੋਲਕਾਂ ਦੀ ਉਹਨਾਂ ਨੇ ਰੱਜ ਕੇ ਦੁਰਵਰਤੋਂ ਕੀਤੀ ਹੈ, ਖਰਚ 1 ਲੱਖ ਰੁਪਈਆ ਲੱਗਦਾ, ਸ਼ੋਅ 10 ਲੱਖ ਕੀਤਾ ਜਾਂਦਾ, ਗੱਡੀ 10 ਲੱਖ ਦਾ ਤੇਲ ਖਾਂਦੀ ਹੈ, 1 ਕਰੋੜ ਰੁਪਈਆ ਭਰਿਆ ਜਾਂਦਾ ਵਾਊਚਰ। ਇਹ ਕੀ ਹੈ? ਇਹ ਲੁੱਟ ਹੈ ਜੀ। ਅਸਲ ਦੇ ਅੰਦਰ ਸ਼੍ਰੋਮਣੀ ਕਮੇਟੀ ਮਾੜੀ ਨਹੀਂ, ਸਾਡੀ ਸਰਮੌਰ ਜਥੇਬੰਦੀ ਹੈ, ਵਿੱਚ ਬੰਦੇ ਮਾੜੇ ਹੋ ਸਕਦੇ ਨੇ, ਬਸ ਬੰਦਿਆਂ ਦੀ ਚੋਣ ਕੀਤੀ ਜਾਵੇ, ਉਹਨੂੰ ਖੰਗਾਲਣ ਦੀ ਲੋੜ ਹੈ, ਚੰਗੇ ਬੰਦੇ ਆ ਜਾਣ। ਵੇਖੋ ਸਿੰਘ ਸਾਹਿਬ ਬੜੇ ਉਪਦੇਸ਼ ਦਿੰਦੇ ਨੇ, ਸੰਦੇਸ਼ ਵੀ ਦਿੰਦੇ ਨੇ, ਵੀ ਹਰੇਕ ਸਿੱਖ ਨੂੰ ਕਿਹਾ ਜਾਂਦਾ ਵੀ 4 ਬੱਚੇ ਪੈਦਾ ਕਰੋ, ਬੱਚੇ ਪੈਦਾ ਸਾਡੇ ਵਿਦੇਸ਼ਾਂ 'ਚ ਪੰਜਾਬੀ ਕਰਦੇ ਨੇ, 4-4 ਕਰਦੇ ਨੇ, ਕਿਉਂ? ਟ੍ਰੀਟਮੈਂਟ ਬਿਲਕੁਲ ਫ੍ਰੀ ਹੈ, ਐਜੂਕੇਸ਼ਨ ਬਿਲਕੁਲ ਫ੍ਰੀ ਹੈ, ਬਿਲਕੁਲ। ਸਾਡੇ ਇੱਥੇ ਸ਼੍ਰੋਮਣੀ ਕਮੇਟੀ ਆਪਣੇ ਵੱਲੋਂ ਦੇ ਕੀ ਰਹੀ ਹੈ? ਇਹਨਾਂ ਦੇ ਇੰਨੇ ਕਾਲਜ ਨੇ, ਸਕੂਲ ਨੇ ਕਿ ਬੱਚਿਆਂ ਨੂੰ ਪੜ੍ਹਾ ਰਹੇ ਨੇ, ਹੋਸਪਿਟਲ ਨੇ ਕਿ ਉੱਥੇ ਟ੍ਰੀਟਮੈਂਟ ਬੱਚਿਆਂ ਨੂੰ ਫ੍ਰੀ ਮਿਲ ਰਿਹਾ। ਇਹ ਵੀ ਆਪਣੇ ਫਰਜ਼ਾਂ ਤੋਂ ਇਹ ਜਾਣੂ ਹੋਣ, ਇਹ ਗੁਰੂ ਦੀ ਗੋਲ ਕੇ, ਇਹਨੂੰ ਗੁਰੂ ਸਾਹਿਬ ਨੇ ਕਿਹਾ ਸੀ ਗਰੀਬ ਦਾ ਮੂੰਹ ਗੁਰੂ ਕੀ ਗੋਲ ਕੇ, ਪਰ ਅੱਜ ਇਹਨੂੰ ਅਮੀਰਾਂ ਨੇ ਮੂੰਹ ਲਾ ਲਿਆ, ਗਰੀਬ ਦੇ ਮੂੰਹ 'ਚ ਆ ਨਹੀਂ ਰਹੀ। ਬਸ ਇਹੋ ਲੋੜ ਹੈ ਵੀ ਗੁਰੂ ਦੀ ਗੋਲਕ ਨੂੰ ਗਰੀਬਾਂ ਦੇ ਹਿੱਤ ਲਈ ਵਰਤਿਆ ਜਾਵੇ। ਆਪਣੇ ਫਰਜ਼ ਹੀ ਭੁਲਾ ਦਿੱਤੇ ਇਹਨਾਂ ਨੇ ਵੀ। ਸਿਰਮੌਰ ਜਥੇਬੰਦੀ ਹੈ, ਐਡੀ ਵੱਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਇਹ ਸਾਰੇ ਸਿੱਖ ਬੱਚਿਆਂ ਨੂੰ ਪਾਲ ਸਕਦੀ ਹੈ, ਆਲ ਵਰਲਡ 'ਚ ਜਿੰਨੇ ਵੀ ਸਿੱਖ ਬੱਚੇ ਹੈ ਪੈਦਾ ਹੋਏ ਹੈ। ਇਹ ਨਹੀਂ ਹੈ ਕਿ ਇਕੱਲਾ ਉਪਦੇਸ਼ ਹੀ ਦੇ ਦੇਣਾ, ਹੁਕਮਨਾਮਾ ਹੀ ਜਾਰੀ ਕਰ ਦੇਣਾ ਵੀ 4-4 ਬੱਚੇ ਜੰਮੋ, ਅਤੇ ਹੁਣ ਜੰਮ ਤਾਂ ਲੈ ਸਿੱਖ, ਪਰ ਹੁਣ ਇੱਥੇ ਸਵਾਲ ਪੈਦਾ ਹੁੰਦਾ ਜੇ ਜੰਮੇ ਆ ਤਾਂ ਫਿਰ ਪਾਲੇਗਾ ਕੌਣ, ਨਾ ਪੜ੍ਹਾਵੇਗਾ ਕੌਣ, ਖਾਣ ਵਾਸਤੇ ਰੋਟੀ ਕੌਣ ਦੇਗਾ ਉਹਨਾਂ ਨੂੰ, ਹੈ ਨਾ? ਇਹ ਜੀ ਆਪੋ ਆਪਣੇ ਫਰਜ਼ਾਂ ਤੋਂ ਅਸੀਂ ਜਾਣੂ ਹੋਈਏ, ਜਿੱਥੇ ਪ੍ਰਬੰਧਕਾਂ ਦੇ ਫਰਜ਼ ਨੇ, ਸ਼੍ਰੋਮਣੀ ਕਮੇਟੀ ਦੇ ਫਰਜ਼ ਨੇ, ਉੱਥੇ ਸੰਗਤਾਂ ਦੇ ਵੀ ਆਪਣੇ ਫਰਜ਼ ਨੇ, ਜਿੱਥੇ ਮਾਪਿਆਂ ਦੇ ਫਰਜ਼ ਨੇ ਉੱਥੇ ਬੱਚਿਆਂ ਦੇ ਫਰਜ਼ ਨੇ, ਜਿੱਥੇ ਮਾਂ ਦੇ ਫਰਜ਼ ਨੇ ਉੱਥੇ ਧੀ ਦੇ ਫਰਜ਼ ਨੇ, ਜਿੱਥੇ ਸਰਕਾਰ ਦੇ ਫਰਜ਼ ਨੇ ਉੱਥੇ ਗੌਰਮੈਂਟ ਮੁਲਾਜ਼ਮਾਂ ਦੇ ਵੀ ਫਰਜ਼ ਨੇ। ਜੇ ਉਹ ਤਨਖਾਹ ਨੂੰ ਆਪਣਾ ਹੱਕ ਸਮਝ ਕੇ ਲੈਂਦੇ ਨੇ ਅਤੇ ਉਹ ਆਪਣਾ ਫਰਜ਼ ਵੀ ਨਿਭਾਉਣ, ਵੀ ਜਿਸ ਚੀਜ਼ ਦੀ ਸਾਨੂੰ ਤਨਖਾਹ ਮਿਲ ਰਹੀ ਹੈ ਅਸੀਂ ਆਪਣਾ ਫਰਜ਼ ਅਦਾ ਕਰ ਰਹੇ ਹਾਂ। ਮੈਂ ਤਾਂ ਇਹੋ ਗੱਲ ਅਖੀਰ ਦੇ ਵਿੱਚ ਕਹਿਣਾ ਚਾਹੁੰਦਾ ਵੀ ਅਸੀਂ ਆਪਣੇ ਫਰਜ਼ਾਂ ਪ੍ਰਤੀ ਵਫ਼ਾਦਾਰ ਹੋਈਏ, ਅਸੀਂ ਸਾਰੀ ਜਿੰਨੀ ਕਾਇਨਾਤ ਫਰਜ਼ ਦੇ ਵਿੱਚ ਬੱਝੀਏ, ਆਪੋ ਆਪਣੇ ਫਰਜ਼ ਨੂੰ ਅਸੀਂ ਜਾਣ ਲਿਆ ਅਤੇ ਅਸੀਂ ਸੌਖੇ ਹੋ ਸਕਦੇ ਹਾਂ। ਬਸ ਕਿਤੇ ਨਾ ਕਿਤੇ ਅਸੀਂ ਆਪੋ ਆਪਣੇ ਫਰਜ਼ ਨੂੰ ਭੁੱਲੇ ਹਾਂ, ਫਰਜ਼ਾਂ ਨੂੰ ਜਾਣੂ ਹੋਈਏ ਅਤੇ ਤਾਂ ਜੋ ਇਸ ਸਮਾਜ ਦਾ ਭਲਾ ਹੋ ਸਕੇ। ਬਿਲਕੁਲ। ਦੇਖੋ ਜੀ, ਗੁਰਦੁਆਰਾ ਪ੍ਰਬੰਧਕ ਕਮੇਟੀ ਦਰਸ਼ਕੋ ਸਾਰੀਆਂ ਇੱਕੋ ਜਿਹੀਆਂ ਨਹੀਂ, ਕਈ ਜਿਸ ਤਰ੍ਹਾਂ ਗਿਆਨੀ ਹਰਪਾਲ ਸਿੰਘ ਜੀ ਨੇ ਦੱਸਿਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਇਹੋ ਜਿਹੀਆਂ ਵੀ ਨੇ ਕਿ ਜਿਹੜੀਆਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਪਾਲ ਰਹੀਆਂ, ਜਿਹੜੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਗਰੀਬਾਂ ਦੇ ਬੱਚਿਆਂ ਦੀਆਂ ਧੀਆਂ ਦੀਆਂ ਔਰ ਸ਼ਾਦੀਆਂ ਕਰਵਾ ਰਹੀਆਂ, ਵਿਆਹ ਕਰਵਾ ਰਹੀਆਂ ਨੇ ਔਰ ਘਰ ਦੇ ਖਰਚੇ ਚੱਕ ਰਹੀਆਂ ਨੇ। ਬਹੁਤਾਂਤ ਗੁਰੂ ਘਰ ਦੀਆਂ ਕਮੇਟੀਆਂ ਐਸੀਆਂ ਨੇ, ਗੁਰੂ ਘਰ ਦੇ ਪ੍ਰਧਾਨ ਇਹੋ ਜਿਹੇ ਨੇ ਜਿਹੜੇ ਸਿੱਖ ਬੱਚਿਆਂ ਨੂੰ ਨਾਲ ਲੈ ਕੇ ਤੁਰਦੇ ਨੇ, ਪਰ ਉਹਨਾਂ ਦੇ ਵਿੱਚ ਇਵੇਂ ਕਹਿ ਦਈਏ ਕਿ ਬਹੁਤੀ ਗਿਣਤੀ ਗੋਲਕਾਂ 'ਤੇ ਜਿਨ੍ਹਾਂ ਨੇ ਕਬਜ਼ਾ ਕੀਤਾ ਉਹਨਾਂ ਦੀ ਹੈ, ਵਿਰਲੇ ਇਹੋ ਜਿਹੇ ਨੇ ਕਿ ਜਿਹੜੇ ਸਿੱਖ ਬੱਚਿਆਂ ਦੀ ਸਾਰ ਲੈਂਦੇ ਨੇ, ਗਰੀਬ ਪਰਿਵਾਰਾਂ ਦੀ ਸਾਰ ਲੈਂਦੇ ਹੈ ਔਰ ਗ੍ਰੰਥੀ ਸਿੰਘਾਂ ਦੀ ਦੇਖ ਰੇਖ ਕਰਦੇ ਹੈ, ਆਪਣੇ ਸੇਵਾਦਾਰਾਂ ਦੀ ਦੇਖ ਰੇਖ ਕਰਦੇ ਹੈ ਔਰ ਗੁਰੂ ਦੀ ਗੋਲਕ ਨੂੰ
ਉਹਨਾਂ 'ਤੇ ਵਰਤਦੇ ਹੈ, ਗਰੀਬ ਦਾ ਮੂੰਹ ਗੁਰੂ ਦੀ ਗੋਲਕ ਕਰਕੇ ਜਾਣਦੇ ਹੈ ਅਤੇ ਉਹ ਵਿਰਲੇ ਹੈ ਅਤੇ ਬਹੁਤਾਂਤ ਇਵੇਂ ਦੇ ਹੈ ਕਿ ਜਿਹੜੇ ਆਪਣੀ ਗੋਲਕ 'ਤੇ ਕਬਜ਼ਾ ਕਰਕੇ ਬੈਠੇ ਹੈ। ਸੋ ਸਾਡੇ ਵਿੱਚ ਗਿਆਨੀ ਹਰਪਾਲ ਸਿੰਘ ਜੀ ਮੱਖੂ ਪਹੁੰਚੇ ਸਨ। ਸੋ ਗਿਆਨੀ ਹਰਪਾਲ ਸਿੰਘ ਮੱਖੂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਦਿੱਤਾ ਜੀ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।